जलंधर के जग्गू चौक पर स्थित सेवक धूप फैक्ट्री की ओर से नवरात्रि के इस शुभ अवसर पर माता रानी और लड्डू गोपाल की डिजाइनर ड्रेस और अन्य सामग्री का शुभारंभ किया गया। इस दौरान दुकान मालिक ने बताया कि उनके यहाँ माता की संगमरमर की मूर्तियां सहित माता रानी, राधा कृष्ण और लड्डू गोपाल के विभिन्न रंगों में आकर्षक परिधान विभिन्न फैब्रिक्स में उपलब्ध हैं। संग्रह में माता की चुनरियों का भी शानदार विकल्प है। इसके अलावा यहाँ पूजा सामग्री में माला, कलीरे, शंख, अखंड ज्योति के लिए पीतल की ज्योतियां, माता रानी के श्रृंगार का सामान, पूजा की घंटियां, धार्मिक किताबें भी उपलब्ध हैं। उन्होंने बताया कि ये सभी उत्कृष्ट उत्पाद बहुत ही गुणवत्ता वाले हैं और बाजार की तुलना में बहुत ही उचित मूल्य पर उपलब्ध हैं। जलंधर से हलचल के लिए कैमरामैन रजनीश शर्मा की रिपोर्ट। जय माता दी। सारे शहर वासियों नूं चेत्र दे नवरात्रे दी हार्दिक शुभकामनाएं। जिवें कि तुसी देख सकते हो, सेवक धूप फैक्टरी जग्गू चौंक दे विच तुहाडा हार्दिक स्वागत है सारे माता दे भगतां दा। तुसी देख सकते हो कि नवरात्रे दे शुभ उपलक्ष्य ते आपां माता रानी दी मूर्तियां, माता रानी दी ड्रेसिस तुसी देख सकते हो, यह सारी जड़ी दे विच है। तुसी इहदे विच देख सकते हो साडे कोल 2 इंची तो लैके साडे कोल 24 इंच तक माता दी जड़ी ड्रेस साडे कोल उपलब्ध है। ਕਈ ਲੋਕਾਂ ਦੀ ਇੱਕ ਪਰੇਸ਼ਾਨੀ ਹੁੰਦੀ ਹੈ ਕਿ ਸਾਡੀ ਮੰਦਰ ਦੇ ਵੀ ਸਾਡੇ ਕੋਲ 8 ਤੋਂ 10 ਮੂਰਤੀਆਂ ਪਈਆਂ ਭਗਵਾਨ ਦੀਆਂ, ਉਹ ਕਹਿੰਦੇ ਨੇ ਕਿ ਸਾਨੂੰ ਸੇਮ ਵਸਤਰ ਚਾਹੀਦੇ ਆ ਅਤੇ ਸਾਡੇ ਕੋਲ ਪੈਕਟ ਪ੍ਰੋਪਰ ਬਣੇ ਆਏ ਆ, ਉਹ ਭਾਵੇਂ ਰਾਧਾ ਕ੍ਰਿਸ਼ਨ ਦੇ ਵਿੱਚ ਹੋਵੇ, ਭਾਵੇਂ ਉਹ ਲੱਡੂ ਗੋਪਾਲ ਦੇ ਵਿੱਚ ਹੋਣ, ਸਾਡੇ ਕੋਲ ਸਾਰੀਆਂ ਸੇਮ ਡਰੈਸਿਸ ਮਿਲਣਗੀਆਂ। ਅਤੇ ਇਹਦੇ ਵਿੱਚ ਸਾਡੇ ਕੋਲ ਇਕੱਲੇ 1 ਕਲਰ ਦੇ ਪੈਟਰਨ ਨਹੀਂ ਹੈ, ਸਾਡੇ ਕੋਲ ਘੱਟੋ ਘੱਟ 30 ਤੋਂ 40 ਤਰ੍ਹਾਂ ਦੇ ਪੈਟਰਨ ਆ। ਤੁਸੀਂ ਜਿਹਦੇ ਵਿੱਚ ਰੈੱਡ ਕਲਰ ਵਿੱਚ ਦੇਖ ਸਕਦੇ ਹੋ, ਤੁਸੀਂ ਜਿਹਦੇ ਵਿੱਚ ਬੇਬੀ ਪਿੰਕ ਕਲਰ ਦੇਖ ਸਕਦੇ ਹੋ, ਜਿਹਦੇ ਵਿੱਚ ਤੁਸੀਂ ਸਪੈਸ਼ਲ ਅੱਜ ਕੱਲ੍ਹ ਪਰਲ ਡਰੈਸ ਬਣੀ ਹੈ, ਆ ਤੁਸੀਂ ਦੇਖ ਸਕਦੇ ਹੋ ਮੋਤੀ ਦੇ ਵਿੱਚ। ਇਹਦੇ ਵਿੱਚ ਤੁਹਾਨੂੰ ਸਕਾਈ ਬਲਿਊ ਕਲਰ, ਗ੍ਰੀਨ ਕਲਰ, ਗਾਜਰੀ ਕਲਰ, ਨਾ ਨਾ ਕਰਦੇ ਸਾਡੇ ਕੋਲ 8 ਤੋਂ 9 ਇਹਦੇ ਵਿੱਚ ਕਲਰ ਆਉਂਦੇ ਨੇ, ਠੀਕ ਹੈ। ਸਾਡੇ ਕੋਲ ਇਕੱਲੀ ਮਾਤਾ ਦੀ ਡਰੈਸ ਉਪਲਬਧ ਨਹੀਂ ਹੈ, ਅੱਜ ਕੱਲ੍ਹ ਸਾਡੇ ਕੋਲ, ਹੁਣ ਤੁਹਾਨੂੰ ਪਤਾ ਗਰਮੀ ਦਾ ਸੀਜ਼ਨ ਆ ਰਿਹਾ ਅਤੇ ਲੋਕ ਕੋਟਨ ਦੀਆਂ ਡਰੈਸਾਂ ਬਹੁਤ ਪਸੰਦ ਕਰਦੇ ਆ, ਤਾਂ ਸਾਡੇ ਕੋਲ ਖਰੀਦਦਾਰੀ ਕਰਨ ਆਉਂਦੇ ਆ। ਸਾਡੇ ਕੋਲ ਸਪੈਸ਼ਲ ਠਾਕੁਰ ਜੀ ਤੁਸੀਂ ਦੇਖ ਸਕਦੇ ਹੋ, ਇਹ ਕੋਟਨ ਦੇ ਵਿੱਚ ਆਈ ਹੈ, ਜਿਹੜੀ ਕਿ ਕੋਟਨ ਦੀ ਪ੍ਰੋਪਰ ਡਰੈਸ ਨਾਲ ਪਗੜੀ ਸਮੇਤ ਆ, ਤੁਹਾਨੂੰ ਇਹ ਕੋਟਨ ਡਰੈਸ ਮਿਲੇਗੀ। ਤਾਂ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਕੋਟਨ ਦੇ ਵੀ ਸਾਡੇ ਕੋਲ ਡਰੈਸ ਆ ਵੀ ਮਿਲੇਗੀ। ਇਹ ਪ੍ਰਿੰਟਿਡ ਡਰੈਸ ਹੁੰਦੀ ਹੈ, ਬਿਨਾਂ ਬੁਕਰਮ ਤੋਂ ਹੁੰਦੀ ਹੈ, ਜਿਹੜੀ ਕਿ ਲੋਕ ਕਹਿੰਦੇ ਕਿ ਸਾਡੇ ਠਾਕੁਰ ਜੀ ਨੂੰ ਡਰੈਸ ਚੁੱਭੇ ਨਾ, ਉਹਦੇ ਵਾਸਤੇ ਸਪੈਸ਼ਲ ਇਹ ਕੋਟਨ ਡਰੈਸ ਉਹਨਾਂ ਨੂੰ ਦੇਖ ਰੇਖ ਵਿੱਚ ਬਣਾਈ ਗਈ ਹੈ। ਅਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ, ਇੱਕ ਵਾਰੀ ਸੇਵਕ ਧੂਪ ਫੈਕਟਰੀ ਜੱਗੂ ਚੌਂਕ ਕੜੀ ਵਾਲੇ ਬਾਜ਼ਾਰ ਜ਼ਰੂਰ ਸਾਡੇ ਕੋਲ ਆਉਣ ਅਤੇ ਸਾਡੇ ਕੋਲ ਪੂਜਾ ਪਾਠ ਦੀ ਹਰ ਇੱਕ ਚੀਜ਼ ਸਾਡੇ ਕੋਲ ਪਰਚੇਸ ਕਰ। ਜੈ ਮਾਤਾ ਦੀ। ਮੇਰਾ ਨਾਮ ਅਨੀਤਾ ਚੋਪੜਾ ਹੈ, ਮੈਂ ਅਮਰੀਕਾ ਦੀ ਰਹਿਣ ਵਾਲੀ ਹਾਂ, ਪਰ ਅਸੀਂ ਇਹ ਦੁਕਾਨ ਤੋਂ ਪਿਛਲੇ 25 ਸਾਲ ਤੋਂ ਜੁੜੇ ਹੋਏ ਹਾਂ। ਤਾਂ ਸਾਡਾ ਮੰਦਰ ਆ ਫਗਵਾੜੇ ਵਿੱਚ, ਸਾਨੂੰ ਜੋ ਵੀ ਚਾਹੀਦਾ ਹੁੰਦਾ ਅਸੀਂ ਹਮੇਸ਼ਾ ਇਹਨਾਂ ਕੋਲ ਸ਼ੋਪਿੰਗ ਕਰਨ ਆਉਂਦੇ, ਔਰ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਆ, ਔਰ ਇਹਨਾਂ ਦਾ ਸਮਾਨ A1 ਹੁੰਦਾ ਆ। ਸੋ ਇਹ ਸਾਰਿਆਂ ਨੂੰ ਚਾਹੀਦਾ ਕਿ ਇੱਥੇ ਆ ਕੇ ਸ਼ੋਪਿੰਗ ਕਰਨ। ਸਾਰੇ ਸ਼ਹਿਰ ਵਾਸੀਆਂ ਨੂੰ ਪਹਿਲੇ ਤਾਂ ਚੇਤ ਦੇ ਨਵਰਾਤਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ। ਜਿਵੇਂ ਕਿ ਪਤਾ ਹੈ, ਰਾਮ ਜੀ ਸੇਵਕ ਧੂਪ ਜੱਗੂ ਚੌਂਕ 'ਤੇ ਨਵਰਾਤਰਿਆਂ ਦੇ ਮੱਦੇਨਜ਼ਰ ਮਾਤਾ ਦੀਆਂ ਚੁੰਨੀਆਂ, ਮਾਤਾ ਦੀਆਂ ਪੁਸ਼ਾਕਾਂ, ਉਹਨਾਂ ਦੇ ਵਸਤਰ, ਉਹਨਾਂ ਦੇ ਮੁਕਟ, ਉਹਨਾਂ ਦੇ ਹਾਰ, ਜਿਹੜੀ ਕਿ ਸਾਡੇ ਕੋਲ ਸਾਰੇ ਬਾਜ਼ਾਰ ਨਾਲੋਂ ਅਲੱਗ ਵਰਾਇਟੀ ਹੁੰਦੀ ਹੈ, ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਾਂ ਸੇਵਾ ਜਿਹੜੀ 1975 ਦੀ ਆਪਾਂ ਉਹਨਾਂ ਦੀ ਸੇਵਾ 'ਚ ਹਾਜ਼ਰ ਹਾਂ, ਅਤੇ 50 ਈਅਰਸ ਲਗਭਗ ਹੋ ਗਏ ਨੇ ਕਿ ਆਪਾਂ ਸ਼ਹਿਰ ਵਾਸੀਆਂ ਦੀ ਸੇਵਾ ਕਰ ਰਹੇ ਹਾਂ। ਅਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਦਾ ਕਿ ਰਾਮ ਜੀ ਸੇਵਕ ਧੂਪ 'ਤੇ ਨਵਰਾਤਰਿਆਂ ਨੂੰ ਲੈ ਕੇ ਮਾਤਾ ਦੇ ਮੁਕਟ, ਉਹਨਾਂ ਦੇ ਵਸਤਰ, ਉਹਨਾਂ ਦੇ ਆਭੂਸ਼ਣ, ਜਿਹੜੇ ਕਿ ਬਹੁਤ ਹੀ ਵਾਜਿਬ ਰੇਟ, ਤੁਸੀਂ
ਸਾਡੇ ਕੋਲ ਵਿਜ਼ਿਟ ਕਰੋ, ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਕਿ ਤੁਹਾਨੂੰ ਇੰਨੇ ਥੋਕ ਰੇਟਾਂ 'ਤੇ ਤੁਹਾਨੂੰ ਪੂਰੇ ਸ਼ਹਿਰ ਦੇ ਕੀ ਪੂਰੇ ਪੰਜਾਬ ਦੇ ਵਿੱਚ ਸਾਡੀ ਗਰੰਟੀ ਆ, ਤੁਹਾਨੂੰ ਉਹ ਚੀਜ਼ ਨਹੀਂ ਮਿਲੇਗੀ। ਅਤੇ ਜਿਹੜੇ ਸਾਡੇ ਜਿਹੜੇ ਡਿਜ਼ਾਈਨਰ ਜਿਹੜੇ ਵਸਤਰਾ ਮਾਤਾ ਦੇ, ਉਹ ਸਾਡੇ ਓਨ ਡਿਜ਼ਾਈਨ ਜਿਹੜੇ ਆਪਾਂ ਆਪ ਡਿਜ਼ਾਈਨ ਤਿਆਰ ਕਰਵਾਉਂਦੇ ਹਾਂ, ਅਤੇ ਕਸਟਮਰ ਇੰਨੇ ਲਾਈਕ ਕਰਦੇ ਹਨ ਕਿ ਉਹ ਉਹਨਾਂ ਨੂੰ ਖਰੀਦਣ ਲਈ ਸਾਡੇ ਕੋਲ ਭੀੜ ਲੱਗੀ ਰਹਿੰਦੀ ਹੈ। ਅਤੇ ਮੈਂ ਇੱਕ ਵਾਰੀ ਤੁਹਾਨੂੰ ਅਪੀਲ ਕਰਦਾ, ਇੱਕ ਵਾਰੀ ਰਾਮ ਜੀ ਸੇਵਕ ਤੋਂ ਜੱਗੂ ਚੌਂਕ 'ਤੇ ਪਹੁੰਚੋ, ਅਤੇ ਮਾਤਾ ਦੇ ਜਿਹੜੇ ਆਭੂਸ਼ਣ ਆ, ਉਹਨਾਂ ਦੀ ਮੂਰਤੀਆਂ, ਉਹਨਾਂ ਦੇ ਵਸਤਰ ਕਿ ਜਿਹੜੇ ਕਿ ਸਾਡੇ ਕੋਲ ਥੋਕ ਰੇਟ ਜਿਹੜਾ ਕਿ ਬਾਜ਼ਾਰ ਦੇ ਵਿੱਚ, ਉਹ ਤੁਹਾਨੂੰ ਕਦੇ ਨਹੀਂ ਇਹ ਰੇਟ 'ਤੇ ਮਿਲੇਗਾ। ਇਹ ਇੱਕ ਚੈਲੇਂਜਿੰਗ ਪ੍ਰਾਈਜ਼ ਹੁੰਦਾ, ਉਹ ਤੁਹਾਨੂੰ ਕਦੇ ਨਹੀਂ ਮਿਲੇਗਾ। ਅਤੇ ਮੈਂ ਇੱਕ ਵਾਰੀ ਅਗਰ ਕਹਿੰਦਾ, ਜ਼ਰੂਰ ਤੁਸੀਂ ਇੱਥੇ ਵਿਜ਼ਿਟ ਕਰੋ, ਅਤੇ ਆਪਣੇ ਮਾਤਾ ਰਾਣੀ ਨੂੰ ਜਿਹੜਾ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਉਹਨੂੰ ਲੈ ਕੇ ਜਾਓ, ਉਹਨਾਂ ਦੇ ਵਸਤਰ, ਅਤੇ ਇੱਕ ਵਾਰੀ ਸਾਨੂੰ ਜ਼ਰੂਰ ਸੇਵਾ ਦਾ ਮੌਕਾ ਦਿਓ।